ਔਰ ਗੁਸਤਾਖੀ ਮਾਫ, ਇੱਕ ਛੋਟਾ ਜਿਹਾ ਉਦਾਹਰਣ ਆਪ ਜੀ ਦੇ ਸਾਹਮਣੇ ਰੱਖਾਂ ਕਿ ਇਸ ਨਸ਼ੇ ਦੇ ਨਾਲ ਮਨੁੱਖ ਦੀ ਪ੍ਰਵਿਰਤੀ, ਮਨੁੱਖ ਦੀ ਬਿਰਤੀ ਡਿੱਗ ਪੈਂਦੀ ਹੈ। ਫਿਰ ਜਿਹੜੇ ਕੰਮ ਨਹੀਂ ਵੀ ਕਰਨੇ ਉਹ ਵੀ ਕਰ ਬੈਠਦਾ ਹੈ, ਕਿਉਂਕਿ ਬਿਰਤੀ ਹੀ ਡਿੱਗ ਪਈ ਹੈ। ਮੈਂ ਅਰਧ ਕਰ ਰਿਹਾ ਸੀ, ਛਤਰ ਨਾ ਪੱਤਰ ਨਾ ਚੌਰ ਨਾ ਚਾਵਰ ਬਹਿਤੀ ਜਾਤ ਹਿਰਦੈ ਨਾ ਵਿਚਾਰੋ। ਉਮਰ ਮੁੱਕਦੀ ਜਾ ਰਹੀ ਹੈ, ਖਤਮ ਹੁੰਦੀ ਜਾ ਰਹੀ ਹੈ। ਔਰ ਸਿਕੰਦਰ ਨੇ ਇਹੀ ਤਾਂ ਕਿਹਾ ਸੀ ਫਕੀਰ ਨੂੰ, ਜਦੋਂ ਫਕੀਰ ਨੂੰ ਸਵਾਲ ਕੀਤਾ ਸਿਕੰਦਰ ਨੇ, ਗਾਹਾਂ ਸਿਕੰਦਰ ਨੇ ਸਵਾਲ ਪੁੱਛਿਆ, ਗਾਹਾਂ ਫਕੀਰ ਨੇ ਵੀ ਸਵਾਲ ਪੁੱਛਿਆ। ਸਿਕੰਦਰ ਕਹਿੰਦਾ ਹੈ, ਫਕੀਰ ਜੀ ਕਿਉਂ ਬੈਠੇ ਹੋ ਇੱਥੇ? ਫਕੀਰ ਕਹਿੰਦਾ ਹੈ, ਪਹਿਲਾਂ ਤੂੰ ਦੱਸ, ਤੂੰ ਕਿੱਥੇ ਜਾ ਰਿਹਾ ਹੈ? ਤਾਂ ਸਿਕੰਦਰ ਕਹਿੰਦਾ ਹੈ, ਮੈਂ ਮੁਲਕ ਜਿੱਤਣ ਜਾ ਰਿਹਾ। ਚੰਗਾ, ਮੁਲਕ ਜਿੱਤ ਕੇ ਫਿਰ ਕੀ ਕਰੇਗਾ? ਕਹਿਣ ਲੱਗੇ, ਫਿਰ ਆਰਾਮ ਦੇ ਨਾਲ ਸੋਵਾਂਗਾ। ਫਕੀਰ ਕਹਿੰਦਾ, ਫਿਰ ਮੈਂ ਕੀ ਕਰਦਾ ਪਿਆ? ਮੈਂ ਵੀ ਤਾਂ ਉਹੀ ਕਰਦਾ ਪਿਆ, ਆਰਾਮ ਨਾਲ ਸੁੱਤਾ ਹੋਇਆ, ਵਿਸ਼ਰਾਮ ਕਰਦਾ ਪਿਆ। ਤੋ ਇਤਨਾ ਕੁਝ ਕਰਕੇ ਵਿਸ਼ਰਾਮ ਕਰੇਗਾ, ਨਸੀਬ ਹੋਵੇ ਨਾ ਹੋਵੇ ਕੋਈ ਪਤਾ ਨਹੀਂ ਹੈ, ਉਹ ਵਿਸ਼ਰਾਮ ਮੈਂ ਹੁਣੇ ਕਰਦਾ ਪਿਆ, ਹੁਣੇ ਕਰਦਾ ਪਿਆ। ਤੋ ਸਿਕੰਦਰ ਨੇ ਫਕੀਰ ਨੂੰ ਕਿਹਾ, ਮਹਾਰਾਜ ਇਹ ਜੋ ਸਕੂਨ ਹੈ ਇਹ ਮੇਰੀ ਝੋਲੀ ਵਿੱਚ ਵੀ ਪਾ ਦਿਓ। ਫਕੀਰ ਕਹਿੰਦਾ, ਫਿਰ ਆਪਣੀ ਫੌਜ ਨੂੰ ਵਾਪਿਸ ਮੋੜ ਦਿਓ, ਮੇਰੇ ਨਾਲ ਹੀ ਬੈਠ ਜਾਓ। ਹੁਣ ਫੌਜ ਨੂੰ ਲੈ ਕੇ ਜਾ ਰਿਹਾ ਸਿਕੰਦਰ, ਔਰ ਇੱਕ ਫਕੀਰ ਦੀ ਗੱਲ ਮੰਨ ਲਵੇ ਇਤਨੀ ਛੇਤੀ, ਗੁਸਤਾਖੀ ਮਾਫ ਹੋ ਹੀ ਨਹੀਂ ਸਕਦਾ ਹੈ, ਨਹੀਂ ਹੋ ਸਕਦਾ। ਕਿਉਂਕਿ ਬਾਈਬਲ ਦੇ ਵਿੱਚ ਇੱਕ ਛੋਟੀ ਜਿਹੀ ਪੰਕਤੀ ਆਉਂਦੀ ਆਪ ਜੀ ਦੇ ਮੈਂ ਸਾਹਮਣੇ ਰੱਖਾਂ, ਕਹਿਣ ਲੱਗੇ, ਇੱਕ ਸੋਈ ਦੇ ਵਿੱਚ ਸੁਰਾਗ ਕਿਤਨਾ ਬਰੀਕ ਹੁੰਦਾ ਹੈ, ਬਹੁਤ ਬਰੀਕ, ਜਿਹਦੇ ਵਿੱਚ ਧਾਗਾ ਵੀ ਬੜੀ ਮੁਸ਼ਕਲ ਨਾਲ ਪ੍ਰਵੇਸ਼ ਕਰਦਾ ਹੈ। ਅਤੇ ਫਕੀਰ ਕਹਿੰਦਾ ਹੈ ਕਿ ਇਸ ਸੋਈ ਦੀ ਜੋ ਇੱਕ ਨੌਕ ਹੈ, ਛੋਟਾ ਜਿਹਾ ਸੁਰਾਗ ਹੈ, ਇਹਦੇ ਵਿੱਚੋਂ ਹਾਥੀ ਲੰਘ ਜਾਵੇ ਇਹ ਹੋ ਹੀ ਨਹੀਂ ਸਕਦਾ। ਜੇ ਕਿਧਰੇ ਕੋਈ ਕਹਿ ਦੇਵੇ ਕਿ ਹਾਥੀ ਲੰਘ ਗਿਆ ਇਸ ਸੁਰਾਗ ਦੇ ਵਿੱਚੋਂ, ਮਹਾਤਮਾ ਈਸਾ ਜੀ ਕਹਿੰਦੇ ਨੇ ਨਹੀਂ ਹੋ ਸਕਦਾ, ਨਹੀਂ ਹੋ ਸਕਦਾ। ਕਿਉਂ? ਕਿਉਂਕਿ ਸੁਰਾਗ ਛੋਟਾ ਜਿਹਾ ਹੈ, ਹਾਥੀ ਬਹੁਤ ਵੱਡਾ ਹੈ। ਅਗਾਂਹ ਚੱਲ ਕੇ ਕੀ ਕਹਿੰਦੇ ਨੇ ਕਿ ਥੋੜ੍ਹੀ ਦੇਰ ਲਈ ਮੈਂ ਮੰਨ ਲੈਂਦਾ ਕਿ ਹਾਥੀ ਸੁਰਾਗ ਦੇ ਵਿੱਚੋਂ ਨਿਕਲ ਸਕਦਾ ਹੈ, ਥੋੜ੍ਹੀ ਦੇਰ ਲਈ ਮੰਨ ਲੈਂਦਾ। ਪਰ ਜੇ ਕਿਧਰੇ ਕੋਈ ਮਨੁੱਖ ਇਹ ਕਵੇ ਕਿ ਮਾਇਆਧਾਰੀ ਮਨੁੱਖ ਮੁਕਤੀ ਦਾ ਪਾਤਰ ਹੋ ਗਿਆ, ਕਹਿਣ ਲੱਗੇ, ਇਹ ਮੰਨਣ ਵਾਸਤੇ ਮੈਂ ਤਿਆਰ ਨਹੀਂ ਹਾਂ, ਮੈਂ ਤਿਆਰ ਨਹੀਂ ਹਾਂ। ਕਿਉਂਕਿ ਮਾਇਆਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੇ
ਬਹੁ ਰੋਲ ਗਚੋਲ। ਆਪ ਜੀ ਦੀ ਉਹ ਗੱਲ ਹੀ ਨਹੀਂ ਸੁਣੇਗਾ, ਗੱਲ ਹੀ ਨਹੀਂ ਮੰਨੇਗਾ। ਜਦੋਂ ਉਹ ਗੱਲ ਹੀ ਨਹੀਂ ਮੰਨੇਗਾ ਤਾਂ ਮੁਕਤੀ ਦਾ ਪਾਤਰ ਕਿਵੇਂ ਬਣੇਗਾ? ਗੁਰੂ ਦੀ ਵੀ ਇਹੀ ਗੱਲ ਹੈ, ਜੇ ਗੱਲ ਹੀ ਨਹੀਂ ਮੰਨਾਂਗੇ ਅਸੀਂ ਮੁਕਤੀ ਦਾ ਪਾਤਰ ਕਿਵੇਂ ਹੋਵਾਂਗੇ ਅਸੀਂ? ਤਾਂ ਸਿਕੰਦਰ ਨੇ ਵੀ ਕਹਿ ਦਿੱਤਾ, ਸਾਈਂ ਜੀ ਹੁਣ ਇਤਨੀ ਫੌਜ ਲੈ ਕੇ ਆਇਆ, ਕਿਵੇਂ ਵਾਪਸ ਮੋੜ ਦੇਵਾਂ? ਇੱਕ ਮੌਕਾ ਮੈਨੂੰ ਦੇ ਦਿਓ, ਇੱਕ ਮੌਕਾ। ਹੁਣ ਇਸਨੂੰ ਕੌਣ ਦੱਸੇ ਕਿ ਬਹਿਤੀ ਜਾਤ ਰਿਦੇ ਨਾ ਵਿਚਾਰੋ। ਫਕੀਰ ਕਹਿੰਦਾ ਮੈਨੂੰ ਕਾਗਜ਼ 'ਤੇ ਲਿਖ ਕੇ ਦੇ ਕਿ ਤੂੰ ਸਹੀ ਸਲਾਮਤ ਕੁਸ਼ਲਤਾ ਦੇ ਨਾਲ ਇੱਥੇ ਪਹੁੰਚੇਗਾ। ਔਰ ਇਤਿਹਾਸ ਲਿਖਦਾ ਹੈ ਫਕੀਰ ਇੰਤਜ਼ਾਰ ਕਰਦਾ ਰਿਹਾ, ਫਕੀਰ ਅੱਜ ਵੀ ਇੰਤਜ਼ਾਰ ਕਰਦਾ ਪਿਆ ਸਿਕੰਦਰ ਕਦ ਆਏਗਾ, ਕਦ ਆਏਗਾ, ਕਦ ਆਏਗਾ। ਫਕੀਰ ਅੱਜ ਵੀ ਬੈਠਾ ਹੈ ਪਰ ਸਿਕੰਦਰ ਚਲਾ ਗਿਆ। ਜੇ ਮੈਂ ਇਸ ਤਰ੍ਹਾਂ ਅਰਜ਼ ਕਰਾਂ, ਆਪ ਜੀ ਨੇ ਕਹਿਣਾ ਗਿਆਨੀ ਜੀ ਫਕੀਰ ਅੱਜ ਵੀ ਬੈਠਾ ਹੈ ਔਰ ਸਿਕੰਦਰ ਦੀ ਇੰਤਜ਼ਾਰ ਵਿੱਚ, ਤਾਂ ਕੀ ਫਕੀਰ ਮਰਿਆ ਨਹੀਂ, ਸਿਕੰਦਰ ਮਰਿਆ ਨਹੀਂ? ਮੈਂ ਅਲੰਕਾਰ ਵਿੱਚ ਬੋਲ ਰਿਹਾ ਹਾਂ। ਗੁਰੂ ਬੈਠਾ ਹੋਇਆ ਹੈ, ਇੰਤਜ਼ਾਰ ਕਰਦਾ ਪਿਆ ਹੈ, ਇਹ ਸਿਕੰਦਰ ਕਦ ਆਉਣਗੇ ਮੇਰੇ ਕੋਲ? ਅਸੀਂ ਸਾਰੇ ਸਿਕੰਦਰ ਹਾਂ। ਹੋਰ ਜਿੱਤਣਾ ਹੈ, ਹੋਰ ਜਿੱਤਣਾ ਹੈ, ਹੋਰ ਜਿੱਤਣਾ ਹੈ, ਹੋਰ ਜਿੱਤਣਾ ਹੈ। ਬਾਅਦ ਵਿੱਚ ਖਬਰ ਆ ਜਾਂਦੀ ਹੈ, ਗਿਆਨੀ ਜੀ ਅਨਾਊਂਸਮੈਂਟ ਕਰੋ, ਫਲਾਣਾ ਸਿਕੰਦਰ ਚਲਾ ਗਿਆ, ਫਲਾਣਾ ਬੰਦਾ ਚਲਾ ਗਿਆ। ਗੱਲ ਖਤਮ ਹੋ ਗਈ। ਕਹਿੰਦੇ ਨੇ ਇੱਕ ਇੱਛਾ ਜ਼ਾਹਿਰ ਕੀਤੀ ਸੀ ਸਿਕੰਦਰ ਨੇ, ਬਹੁਤ ਛੋਟੀ ਜਿਹੀ ਇੱਛਾ। ਕੀ ਇੱਛਾ? ਕਿ ਜਿਸ ਅਸਥਾਨ 'ਤੇ ਮੈਂ ਲੰਮਾ ਪਿਆ ਹੋਇਆ, ਥੋੜ੍ਹੀ ਦੂਰ ਹੈ ਘਰ, ਮਾਂ ਬੈਠੀ ਹੋਈ ਹੈ, ਬਸ ਇਤਨਾ ਕੁਝ ਕਰ ਸਕਦੇ ਹੋ ਕਿ ਜਾਂ ਤਾਂ ਮਾਂ ਨੂੰ ਬੁਲਾ ਕੇ ਲਿਆਓ ਜਾਂ ਮੈਨੂੰ ਮਾਂ ਤੱਕ ਪਹੁੰਚਾਓ, ਮੈਂ ਮਾਂ ਨੂੰ ਦੇਖਣਾ ਚਾਹੁੰਦਾ। ਜਿਤਨੀ ਦੌਲਤ ਚਾਹੀਦੀ ਹੈ ਮੈਂ ਸਭ ਕੁਝ ਦੇਣ ਲਈ ਤਿਆਰ ਹਾਂ, ਸਭ ਕੁਝ। ਇਤਿਹਾਸ ਕਹਿੰਦਾ ਹੈ ਜਿਤਨੇ ਵੈਦ ਸਨ ਹੱਥ ਖੜ੍ਹੇ ਕਰ ਲਏ, ਉਹਨਾਂ ਨੇ ਕਹਿਣ ਲੱਗੇ ਸਿਕੰਦਰ ਨਹੀਂ ਬਚਾ ਸਕਦੇ, ਨਹੀਂ ਬਚਾ ਸਕਦੇ। ਇਤਨਾ ਕੁਝ ਸਮਝਣ ਤੋਂ ਬਾਅਦ ਵੀ ਮਨੁੱਖ ਕਹਿੰਦਾ ਹੈ ਬੰਦਗੀ ਕੱਲ੍ਹ ਕਰ ਲਵਾਂਗੇ, ਪਰਸੋਂ ਕਰ ਲਵਾਂਗੇ। ਰਥ ਨਾ ਅਸੂ ਨਾ ਗਜ ਸਿੰਘਿਆਸਨ, ਛਿਨ ਮੈਂ ਤਿਆਗਤ ਨਾਂਗ ਸਿਦਾਰੋ। ਇੱਕ ਪੜਾਉ ਆਉਂਦਾ ਹੈ ਕਿ ਮਨੁੱਖ ਦੇ ਕੋਲ ਕੀਮਤੀ ਰਥ ਹੋਵੇ ਉਹ ਵੀ ਛੱਡਣਾ ਪੈਂਦਾ ਹੈ, ਕੀਮਤੀ ਘੋੜੇ ਹੋਣ ਛੱਡਣੇ ਪੈਂਦੇ ਨੇ, ਕੀਮਤੀ ਹਾਥੀ ਹੋਣ ਛੱਡਣੇ ਪੈਂਦੇ ਨੇ, ਔਰ ਅਖੀਰ ਦੇ ਵਿੱਚ ਨਾਂਗ ਸਿਦਾਰੋ। ਜਿਹੜੇ ਤਨ 'ਤੇ ਕੱਪੜੇ ਹੁੰਦੇ ਨੇ ਉਹਨਾਂ ਨੂੰ ਵੀ ਅੱਗ ਲੱਗ ਜਾਂਦੀ ਹੈ, ਫਿਰ ਨਗਨ ਹੀ ਆਇਆ ਸੀ, ਨਗਨ ਹੀ ਜਾ ਰਹੀ ਹੈ। ਪਰ ਲੈ ਕੇ ਕੀ ਆਇਆ ਸੀ? ਅਸੀਂ ਕਈ ਵਾਰ ਕਹਿ ਦਿੰਦੇ ਹਾਂ ਕੀ ਲੈ ਕੇ ਆਏ ਹਾਂ, ਜੋ ਕੀ ਲੈ ਕੇ ਜਾਵਾਂਗੇ, ਕੁਛ ਤਾਂ ਕੀ ਮਾਫ, ਬਹੁਤ ਕੁਛ ਲੈ ਕੇ ਆਏ ਸੀ, ਬਹੁਤ ਕੁਛ ਲੈ ਕੇ ਜਾ ਰਹੇ ਹਾਂ। ਕੀ ਲੈ ਕੇ ਆਏ ਸੀ? ਯਕਸ਼ ਨੇ ਸਵਾਲ ਕੀਤਾ ਭਾਗ ਕੀ ਹੈ,
ਭਾਗੇ, ਜਿਸ ਨੂੰ ਹਿੰਦੀ ਵਿੱਚ ਕਹਿੰਦੇ ਨੇ ਭਾਗੇ। ਯੁਧਿਸ਼ਟਰ, ਭਾਗ ਕਿਸ ਨੂੰ ਕਹਿੰਦੇ ਨੇ ਇਹ ਵੀ ਦੱਸ ਮੈਨੂੰ। ਯੁਧਿਸ਼ਟਰ ਕਹਿੰਦਾ ਹੈ, ਜੋ ਅਸੀਂ ਕਰਮ ਕਰਦੇ ਹਾਂ ਅਤੇ ਕਰਮ ਦਾ ਜਿਹੜਾ ਪਰਿਣਾਮ ਹੈ ਉਹ ਸਾਡਾ ਭਾਗ ਹੈ। ਜੋ ਅਸੀਂ ਕਰਮ ਕੀਤੇ ਨੇ, ਕਰਮ ਕਰਦੇ ਪਏ ਹਾਂ, ਬਸ ਇਹਦਾ ਜੋ ਪਰਿਣਾਮ ਹੈ, ਇਹਦਾ ਜੋ ਰਿਜ਼ਲਟ ਹੈ, ਇਹੀ ਸਾਡਾ ਭਾਗ ਹੈ। ਮਨੁੱਖ ਕਹਿ ਦਿੰਦਾ ਹੈ, ਮੇਰੇ ਭਾਗਾਂ ਵਿੱਚ ਹੀ ਨਹੀਂ ਸੀ। ਕਹਿਣ ਲੱਗੇ, ਤੂੰ ਕਰਮ ਹੀ ਨਹੀਂ ਕੀਤੇ ਤਾਂ ਭਾਗ ਕਿੱਥੋਂ ਬਣਨਗੇ। ਇੱਕ ਛੋਟਾ ਜਿਹਾ ਬੱਚਾ ਆਪਣੀ ਮਾਂ ਨੂੰ ਕਹਿੰਦਾ ਹੈ, ਮਾਂ ਕਿਤਨੀ ਖੁਸ਼ੀ ਦੀ ਗੱਲ ਹੈ। ਮਾਂ ਕਹਿੰਦੀ, ਪੁੱਤਰ ਕੀ ਹੋਇਆ, ਖੁਸ਼ੀ ਦੀ ਕਿਹੜੀ ਗੱਲ ਹੈ। ਕਹਿਣ ਲੱਗੇ, ਇਹ ਤਾਂ ਸ਼ੁਕਰ ਹੈ ਮੈਂ ਮਿਹਨਤ ਨਹੀਂ ਕੀਤੀ, ਨਹੀਂ ਤਾਂ ਮੇਰੀ ਮਿਹਨਤ ਖਰਾਬ ਜਾਂਦੀ ਕਿਉਂਕਿ ਮੈਂ ਫੇਲ ਹੋ ਗਈ ਹਾਂ ਸਕੂਲ ਦੇ ਵਿੱਚ। ਮਾਂ ਕਹਿੰਦੀ ਹੈ, ਜੇ ਤੂੰ ਮਿਹਨਤ ਕਰਦਾ ਫੇਲ ਕਿਵੇਂ ਹੋਣਾ ਸੀ। ਪਰ ਬੱਚਾ ਸੋਚਦਾ ਪਿਆ, ਚੰਗਾ ਹੋਇਆ ਮੈਂ ਮਿਹਨਤ ਨਹੀਂ ਕੀਤੀ, ਨਹੀਂ ਤਾਂ ਖਰਾਬ ਜਾਂਦੀ ਹੈ ਮਿਹਨਤ। ਅਤੇ ਉਸਨੇ ਤਾਂ ਸਮਝ ਲਿਆ, ਮੇਰੇ ਬਾਗਾਂ ਵਿੱਚ ਇਹੀ ਲਿਖਿਆ, ਮੈਂ ਫੇਲ ਹੀ ਹੋਣਾ ਹੈ ਬਸ। ਨਹੀਂ, ਬਾਗ ਵੀ ਤੁਸੀਂ ਬਣਾਉਣੇ ਨੇ ਕਰਮ ਕਰਕੇ, ਕਰਮ ਕਰਕੇ। ਤਾਂ ਬਹੁਤ ਕੁਛ ਅਸੀਂ ਲੈ ਕੇ ਆਏ ਸੀ, ਸੰਸਕਾਰ ਲੈ ਕੇ ਆਏ ਸੀ। ਕਿਉਂਕਿ ਇੱਕ ਸ਼ਬਦ ਹੁੰਦਾ ਹੈ ਸੰਸਕਾਰ, ਇੱਕ ਸ਼ਬਦ ਹੁੰਦਾ ਹੈ ਸੰਸਕਾਰ। ਅਤੇ ਅਸੀਂ ਕਈ ਵਾਰੀ ਛੇਤੀ ਛੇਤੀ ਵਿੱਚ ਸੰਸਕਾਰ ਨੂੰ ਸੰਸਕਾਰ ਕਹਿ ਜਾਂਦੇ ਹਾਂ ਕਈ ਦਫ਼ਾ, ਪਰ ਨਹੀਂ। ਸੰਸਕਾਰ ਉਸਨੂੰ ਕਹਿੰਦੇ ਨੇ ਜੋ ਸਾਨੂੰ ਬਜ਼ੁਰਗਾਂ ਤੋਂ ਮਿਲਦੇ ਨੇ, ਅੱਛੇ ਵਿਚਾਰ, ਚੰਗੇ ਵਿਚਾਰ। ਇਹ ਵੀ ਕਹਿ ਦਿੰਦੇ ਹਾਂ, ਇਹਦੇ ਸੰਸਕਾਰ ਹੀ ਮਾੜੇ ਨੇ, ਇਹਦੇ ਸੰਸਕਾਰ ਹੀ ਚੰਗੇ ਨੇ। ਔਰ ਸੰਸਕਾਰ ਕਹਿੰਦੇ ਨੇ ਅੰਤਿਸ਼ਟੀ, ਅੰਤਿਮ ਸੰਸਕਾਰ। ਜਦੋਂ ਆਪ ਜੀ ਦਾ ਜਨਮ ਹੋਇਆ, ਆਪ ਜੀ ਆਪਣੇ ਸੰਸਕਾਰ, ਆਪਣੀ ਪ੍ਰਲਭਤਾ ਆਪ ਜੀ ਲੈ ਕੇ ਆਏ ਸੀ। ਆਪ ਜੀ ਦਾ ਪਤੀ ਕੌਣ ਹੋਵੇਗਾ, ਪ੍ਰਲਭਤਾ ਲੈ ਕੇ ਆਇਓ। ਆਪ ਜੀ ਦੀ ਪਤਨੀ ਕੌਣ ਹੋਵੇਗੀ, ਪ੍ਰਲਭਤਾ ਲੈ ਕੇ ਆਇਓ। ਆਪ ਜੀ ਦੇ ਕਿਤਨੇ ਬੱਚੇ ਹੋਣਗੇ, ਪ੍ਰਲਭਤਾ ਲੈ ਕੇ ਆਇਓ, ਪ੍ਰਲਭਤਾ। ਜਿਵੇਂ ਜਿਵੇਂ ਸਮੇਂ ਦੀ ਧਾਰਾ ਵਗਦੀ ਹੈ, ਫਿਰ ਪਤੀ ਵੀ ਮਿਲਿਆ, ਪਤਨੀ ਵੀ ਮਿਲੀ, ਬੱਚੇ ਵੀ ਮਿਲੇ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਕਿ ਪੁਰਾਣੇ ਜੋ ਸਾਡੇ ਸੰਸਕਾਰ ਪ੍ਰਲਭਤਾ ਭੋਗਦੇ ਪਏ ਹਾਂ, ਨਵੇਂ ਸੰਸਕਾਰ ਬਣਾਉਂਦੇ ਪਏ ਹਾਂ। ਫਿਰ ਜਿਹੜੇ ਸੰਸਕਾਰ ਹਨ ਉਸ ਤੋਂ ਬਾਅਦ ਆਦਤ, ਸੁਭਾਅ, ਪ੍ਰਲਭਤਾ, ਫਿਰ ਉਹ ਪ੍ਰਲਭਤਾ ਦਾ ਫਲ ਸਾਡੀ ਝੋਲੀ ਵਿੱਚ ਪਏਗਾ। ਫਿਰ ਮਨੁੱਖ ਕੀ ਕਹਿੰਦਾ ਹੈ, ਜੇ ਝੋਲੀ ਵਿੱਚ ਕੜਵਾ ਫਲ ਆਇਆ ਤਾਂ ਮਨੁੱਖ ਕਹਿੰਦਾ ਹੈ ਇਹ ਕੀ ਹੋਇਆ, ਪਰਮਾਤਮਾ ਨੇ ਕੀ ਕੀਤਾ। ਪਰ ਇਸਨੂੰ ਕੌਣ ਦੱਸੇ, ਇਹ ਜੋ ਕੜਵਾ ਫਲ ਹੈ ਇਹ ਤੇਰੀ ਹੀ ਪ੍ਰਲਭਤਾ ਹੈ। ਰੱਬ ਨੂੰ ਕੀ ਲੋੜ ਪਈ ਹੈ ਕਿ ਤੇਰੀ ਝੋਲੀ ਵਿੱਚ ਕੜਵਾ ਫਲ ਹੀ ਪਾਏਗਾ, ਰੱਬ ਨੂੰ ਕੀ ਲੋੜ ਪਈ ਹੈ। ਫਿਰ ਕੋਈ ਰੱਬ, ਕੋਈ ਮਨੁੱਖ ਨਹੀਂ ਹੈ ਜੋ ਹੱਥ ਵਿੱਚ ਕਲਮ ਲੈ ਕੇ ਬੈਠਾ ਹੋਇਆ ਹੈ ਕਿ ਤੇਰੇ ਨਾਲ ਦੁਸ਼ਮਣੀ ਹੈ ਤਾਂ ਕੜਵਾ ਫਲ, ਤੇਰੇ ਨਾਲ ਦੋਸਤੀ ਹੈ ਤਾਂ ਮਿੱਠਾ ਫਲ। ਨਹੀਂ,
ਆਪੇ ਬੀਜ ਆਪੇ ਹੀ ਖਾਓ, ਇਹ ਕੁਦਰਤ ਦਾ ਨਿਯਮ ਹੈ, ਨਿਯਮ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਨੇ ਬਹੁਤ ਕੁਛ ਲੈ ਕੇ ਗਿਆ ਹੈ, ਬਹੁਤ ਕੁਛ। ਇੱਕ ਮੈਨੂੰ ਛੋਟੀ ਜਿਹੀ ਗੱਲ ਯਾਦ ਆ ਗਈ, ਉਹ ਵੀ ਆਪ ਜੀ ਦੇ ਸਾਹਮਣੇ ਰੱਖਾਂ। ਇੱਕ ਸ਼ਾਹੂਕਾਰ ਆਪਣੀ ਕੀਮਤੀ ਗੱਡੀ ਵਿੱਚ ਜਾ ਰਿਹਾ ਹੈ ਅਤੇ ਉਸਨੇ ਟਾਈਮ ਪਾਸ ਕਰਨ ਵਾਸਤੇ ਆਪਣੀ ਗੱਡੀ ਦੇ ਵਿੱਚ ਹੀ ਇੱਕ ਸੀਡੀ ਲਗਾਈ ਹੋਈ ਹੈ, ਕਥਾ ਚੱਲ ਰਹੀ ਹੈ, ਕੋਈ ਸੰਤ ਫਕੀਰ ਕਥਾ ਕਰਦਾ ਪਿਆ ਹੈ। ਬਸ ਦੋ ਤਿੰਨ ਬੋਲ ਉਹਦੇ ਕੰਨਾਂ ਵਿੱਚ ਪਏ ਸੀ ਔਰ ਉਹ ਬੋਲ ਸੀ ਕੋਈ ਐਸੀ ਦੌਲਤ ਵੀ ਇਕੱਠੀ ਕਰ ਲਓ ਜੋ ਆਪਣੇ ਨਾਲ ਲੈ ਜਾਓ ਆਪਣੇ ਨਾਲ। ਇਹ ਹਕੀਕਤ ਹੈ ਜਿਹੜੀ ਮੈਂ ਆਪ ਜੀ ਨੂੰ ਅੱਜ ਕਰ ਰਿਹਾ ਕਿ ਉਸ ਸ਼ਾਹੂਕਾਰ ਦੇ ਅੰਡਰ ਘੱਟ ਤੋਂ ਘੱਟ 1000 ਬੰਦੇ ਕੰਮ ਕਰਦੇ ਨੇ। ਉਸਨੇ ਘਰ ਆ ਕੇ 1000 ਦੇ 1000 ਬੰਦੇ ਇਕੱਠੇ ਕੀਤੇ ਔਰ ਉਹਨਾਂ ਦੇ ਸਾਹਮਣੇ ਇੱਕ ਸਵਾਲ ਰੱਖਿਆ, ਕੋਈ ਐਸੀ ਜੁਗਤੀ ਮੈਨੂੰ ਦੱਸੋ ਕਿ ਮੈਂ ਸਾਰੀ ਦੀ ਸਾਰੀ ਦੌਲਤ ਆਪਣੇ ਨਾਲ ਲੈ ਜਾਵਾਂ, ਸਾਰੀ ਦੀ ਸਾਰੀ ਦੌਲਤ। ਇੱਕ ਹਫ਼ਤੇ ਦਾ ਵਕਤ ਦਿੱਤਾ ਗਿਆ। ਹੁਣ ਸਾਰੇ ਦੇ ਸਾਰੇ ਕਹਿਣ ਲੱਗੇ ਕਿ ਲੱਗਦਾ ਹੈ ਇਸ ਸ਼ਾਹੂਕਾਰ ਦਾ ਇਹ ਉੱਪਰਲਾ ਹਿੱਸਾ ਖਾਲੀ ਹੋ ਗਿਆ ਹੈ, ਲੱਗਦਾ ਹੈ, ਕਿਉਂਕਿ ਅੱਜ ਤੱਕ ਕਦੇ ਐਸਾ ਹੋਇਆ ਹੈ ਕਿ ਕੋਈ ਦੌਲਤ ਨਾੜ ਲੈ ਗਿਆ ਹੋਵੇ? ਪਰ ਇਹ ਕਹਿੰਦਾ ਮੈਂ ਦੌਲਤ ਨਾੜ ਲੈ ਕੇ ਜਾਵਾਂਗਾ, ਦੱਸੋ ਮੈਨੂੰ ਕੋਈ ਯੁਗਤੀ ਦੱਸੋ। ਹੁਣ ਕੀ ਯੁਗਤੀ ਦੱਸੀ? ਇੱਕ ਹਫ਼ਤੇ ਬਾਅਦ ਫਿਰ ਇਕੱਠੇ ਹੋਏ, ਸਾਰਿਆਂ ਨੇ ਕਿਹਾ ਐਸੀ ਕੋਈ ਯੁਗਤੀ ਨਹੀਂ ਹੈ ਕਿ ਤੂੰ ਦੌਲਤ ਆਪਣੇ ਨਾਲ ਲੈ ਕੇ ਜਾ। ਇੱਕ ਬੰਦੇ ਨੇ ਕਿਹਾ ਯੁਗਤੀ ਹੈ, ਜਿਤਨੀ ਦੌਲਤ ਤੂੰ ਖਾ ਸਕਦਾ ਹੈ ਭੋਗ ਸਕਦਾ ਹੈ ਉਹ ਤੇਰੀ ਇਸ ਲੋਕ ਦੀ ਹੈ, ਕਿਛ ਖਾ ਜੇ ਕਿਛ ਦਰ ਜਾਈਏ ਜੇ ਬਹੁੜ ਦਨੀਆ ਆਈ ਹੈ। ਜੇ ਇਹ ਦੌਲਤ ਆਪਣੇ ਨਾਲ ਲੈ ਜਾਣਾ ਚਾਹੁੰਦਾ ਹੈ ਤਾਂ ਫਿਰ ਆਪਣੇ ਹੱਥਾਂ ਦੇ ਨਾਲ ਤੂੰ ਬਾਕੀ ਪੁੰਨ ਕਰ ਲੈ, ਇਹ ਇਲਾਹੀ ਦਰਗਾਹ ਦੀ ਦੌਲਤ ਹੈ, ਇਹ ਨਾਲ ਲੈ ਜਾਏਗਾ ਤੂੰ। ਇਹ ਹਕੀਕਤ ਹੈ, ਆਪਣੇ ਹੱਥਾਂ ਦੇ ਨਾਲ ਕਿਸੇ ਨੂੰ ਭੋਜਨ ਛਕਾਇਆ, ਆਪਣੇ ਹੱਥਾਂ ਦੇ ਨਾਲ ਕਿਸੇ ਨੂੰ ਕੱਪੜੇ ਦਿੱਤੇ, ਆਪਣੇ ਹੱਥਾਂ ਦੇ ਨਾਲ ਕਿਸੇ ਲੋੜਵੰਦ ਦੀ ਸੇਵਾ ਕੀਤੀ। ਕਹਿਣ ਲੱਗੇ ਇਹ ਪਰਲੋਕ ਦੀ ਦੌਲਤ ਹੈ ਤੇਰੀ। ਐਸਾ ਮਨੁੱਖ ਫਿਰ ਨਗਨ ਨਹੀਂ ਜਾਂਦਾ ਕਦੇ ਵੀ। ਆਪ ਜੀ ਦੀ ਜਾਣਕਾਰੀ ਵਾਸਤੇ ਮੈਂ ਇੱਕ ਗੱਲ ਹੋਰ ਕਹਿ ਦੇਵਾਂ, ਅੱਜ ਵੀ ਅਥੈਂਸ ਦੇ ਵਿੱਚ, ਜੋ ਕਿ ਯੂਨਾਨ ਦੇ ਵਿੱਚ ਹੈ, ਅਥੈਂਸ ਸ਼ਹਿਰ, ਇਹ ਗਾਥਾ ਅੱਜ ਵੀ ਗਾਈ ਜਾਂਦੀ ਹੈ, ਅੱਜ ਵੀ ਸੁਣਾਈ ਜਾਂਦੀ ਹੈ ਇੱਕ ਦੂਜੇ ਨੂੰ ਇਹ ਗਾਥਾ, ਕਿਹੜੀ ਗਾਥਾ?
ਕਿ ਸਿਕੰਦਰ ਇੱਕ ਫਕੀਰ ਨੂੰ ਕਹਿੰਦਾ ਹੈ, ਜੋ ਕਿ ਅਲਫ ਨਗਨ ਬੈਠਾ ਹੋਇਆ ਹੈ, ਫਕੀਰ, ਤਨ 'ਤੇ ਕੱਪੜੇ ਨਹੀਂ ਹਨ। ਸਿਕੰਦਰ ਕਹਿੰਦਾ ਹੈ ਕਿ ਅੱਜ ਆਪਣੇ ਵੱਲ ਇਸ਼ਾਰਾ ਕਰਕੇ ਕਹਿੰਦਾ ਹੈ ਕਿ ਇੱਕ ਸ਼ਹਿਨਸ਼ਾਹ ਦੀ ਮੁਲਾਕਾਤ ਇੱਕ ਨਗਨ ਫਕੀਰ ਨਾਲ ਹੋਈ ਹੈ, ਨਗਨ ਫਕੀਰ ਨਾਲ। ਆਪਣੀ ਆਤਮ ਕਥਾ ਦੇ ਵਿੱਚ ਲਿਖਦਾ ਹੈ ਕਿ ਸ਼ਹਿਨਸ਼ਾਹ ਦੀ ਮੁਲਾਕਾਤ ਨਗਨ ਫਕੀਰ ਨਾਲ ਹੋਈ ਹੈ। ਸਮਾਂ ਗੁਜ਼ਰਦਾ ਹੈ, ਇੱਕੋ ਹੀ ਵਕਤ, ਫਕੀਰ ਦੀ ਵੀ ਮੌਤ ਆਉਂਦੀ ਹੈ, ਸਿਕੰਦਰ ਦੀ ਵੀ ਮੌਤ ਆਉਂਦੀ ਹੈ, ਦੋਵਾਂ ਦੀਆਂ ਰੂਹਾਂ ਜਾ ਰਹੀਆਂ ਨੇ। ਕਹਿੰਦੇ ਨੇ ਫਿਰ ਰਾਹ ਦੇ ਵਿੱਚ ਫਿਰ ਮੁਲਾਕਾਤ ਆਉਂਦੀ ਹੈ, ਔਰ ਸਿਕੰਦਰ ਕਹਿੰਦਾ ਹੈ ਕਿ ਅੱਜ ਦੂਜੀ ਵਾਰ ਬਾਦਸ਼ਾਹ ਦੀ ਮੁਲਾਕਾਤ ਨਗਨ ਫਕੀਰ ਨਾਲ ਹੋਈ ਹੈ। ਅਤੇ ਉਹ ਫਕੀਰ ਦੀ ਰੂਹ ਕੀ ਕਹਿੰਦੀ ਹੈ, ਬਾਦਸ਼ਾਹ ਸਲਾਮਤ, ਹੁਣ ਤੂੰ ਪੁੱਠਾ ਕਹਿ ਰਿਹਾ ਹੈ, ਧਿਆਨ ਦੇ ਨਾਲ ਸੁਣਨਾ, ਹੁਣ ਤੂੰ ਪੁੱਠਾ ਕਹਿ ਰਿਹਾ ਹੈ। ਜਦੋਂ ਅਸੀਂ ਧਰਤੀ 'ਤੇ ਮਿਲੇ ਸੀ ਉਸ ਵੇਲੇ ਵਾਕਈ ਮੈਂ ਨਗਨ ਸੀ, ਤੂੰ ਸਮਰਾਟ ਸੀ, ਲੇਕਿਨ ਹੁਣ ਮੈਂ ਸਮਰਾਟ ਹਾਂ, ਤੂੰ ਨਗਨ ਹੈ, ਤੇਰੇ ਪੱਲੇ ਕੁਛ ਨਹੀਂ ਹੈ, ਜੋ ਕੁਝ ਸੀ ਤੂੰ ਸਭ ਕੁਝ ਛੱਡ ਕੇ ਆ ਗਿਆ ਹੈ, ਔਰ ਮੈਂ ਨਾਮ ਧਨ ਲੈ ਕੇ ਆਇਆ, ਤੂੰ ਨਗਨ ਹੈ, ਮੈਂ ਸ਼ੌਕਾਰ ਹਾਂ। ਤਾਂ ਮੈਂ ਅਰਜ਼ ਕਰ ਰਿਹਾ ਸੀ ਕਿ ਮਨੁੱਖ ਭਾਵੇਂ ਨਗਨ ਹੀ ਚਲਾ ਜਾਂਦਾ ਹੈ, ਪਰ ਸੰਤ ਕਦੇ ਨਗਨ ਨਹੀਂ ਜਾਂਦੇ, ਬਹੁਤ ਕੁਛ ਨਾਮ ਦੀ ਦੌਲਤ ਲੈ ਕੇ ਜਾਂਦੇ ਨੇ। ਸੂਰ ਨਾ ਬੀਰ ਨਾ ਮੀਰ ਨਾ ਖਾਨਮ ਸੰਗ ਨਾ ਕੋਹੂ ਦ੍ਰਿਸ਼ਟ ਨਿਹਾਰੋ। ਕੋਈ ਸ਼ੂਰਵੀਰ ਹੈ, ਕੋਈ ਵੀਰ ਹੈ, ਕੋਈ ਮੀਰ ਹੈ, ਕੋਈ ਖਾਨ ਹੈ, ਅਖੀਰ ਵਿੱਚ ਸਾਰੇ ਦੇ ਸਾਰੇ ਛੱਡ ਕੇ ਚਲੇ ਜਾਂਦੇ ਨੇ। ਕਦ ਕਿਸੇ ਦੇ ਨਾਲ ਕੋਈ ਸ਼ੂਰਵੀਰ ਗਿਆ, ਕਦ ਕਿਸੇ ਖਾਨ ਦੇ ਨਾਲ ਕੋਈ ਉਹਦਾ ਪਰਿਵਾਰ ਗਿਆ, ਨਹੀਂ। ਫਿਰ ਕਦ ਕਿਸੇ ਦੇ ਬਹੁਤ ਹੀ ਕੀਮਤੀ ਮਜ਼ਬੂਤ ਕਿਲੇ ਨੇ ਸਾਰਾ ਦਿੱਤਾ ਕਿ ਮੈਂ ਮੌਤ ਤੋਂ ਬਚ ਜਾਵਾਂ। ਕੋਟ ਨਾ ਓਟ ਨਾ ਕੋਸ ਨਾ ਛੋਟਾ ਕਰਤ ਬੇਕਾਰ ਦੋਂ ਕਰ ਜਾਰੋ। ਬਹੁਤ ਮਜ਼ਬੂਤ ਕਿਲਾ, ਕਿਲੇ ਦਾ ਸਹਾਰਾ, ਔਰ ਆਪ ਜੀ ਦੇ ਕੋਲ ਜੋ ਕੋਸ਼ ਹੈ, ਜੋ ਖਜ਼ਾਨਾ ਹੈ। ਕਹਿਣ ਲੱਗੇ ਉਸ ਖਜ਼ਾਨੇ ਦੇ ਨਾਲ ਵੀ ਮਨੁੱਖ ਦਾ ਪਾਰ ਉਤਾਰਾ ਨਹੀਂ ਆਵੇਗਾ, ਕੋਸ਼ ਨਾ ਛੋਟਾ ਛੁਟਕਾਰਾ ਨਹੀਂ ਆਵੇਗਾ। ਕਰਤ ਬੇਕਾਰ ਦੋਂ ਕਰ ਜਾਰੋ, ਕਹਿੰਦੇ ਨੇ ਮਨੁੱਖ ਬੇਕਾਰ ਕਰਕੇ, ਗੁਨਾਹ ਕਰਕੇ, ਕਿਉਂਕਿ ਅਕਸਰ ਮੈਂ ਦੇਖਿਆ ਹੈ ਪਿੰਡਾਂ ਵਿੱਚ, ਸ਼ਹਿਰਾਂ ਵਿੱਚ ਵੀ ਕਈ ਥਾਵਾਂ 'ਤੇ ਆਉਂਦਾ ਹੈ, ਪਿੰਡਾਂ ਵਿੱਚ ਛੋਟੀਆਂ ਛੋਟੀਆਂ ਜੁੰਡਲੀਆਂ, ਚਾਰ ਬੰਦੇ ਇਕੱਠੇ ਹੋ ਗਏ, ਪੰਜ ਬੰਦੇ ਇਕੱਠੇ ਹੋ ਗਏ, ਅਤੇ ਉਹ ਜੂਆ ਖੇਡਦੇ ਨੇ। ਫਿਰ ਜਿਹੜਾ ਹਾਰ ਜਾਂਦਾ ਹੈ ਉਹ ਕੀ ਕਰਦਾ ਹੈ, ਆਪਣੇ ਦੋਵੇਂ ਹੱਥ ਜੜਦਾ ਹੈ, ਕੱਪੜੇ ਜੜਦਾ, ਬਹਾਉ ਸਭ ਕੁਛ ਹਾਰ ਕੇ ਜਾ ਰਹੀਆਂ, ਹਾਰ ਕੇ, ਜਿਤਨੀ ਦੌਲਤ ਲੈ ਕੇ ਆਇਆ ਸੀ ਸਭ ਕੁਛ ਹਾਰ ਕੇ ਜਾ ਰਿਹਾ। ਕਬੀਰ ਸਾਹਿਬ ਨੇ ਵੀ ਸਵਾਲ ਕੀਤਾ ਹੈ,
ਇਹ ਸਵਾਲ ਆਪ ਜੀ ਨੂੰ ਕੀਤਾ ਹੈ, ਇਹ ਸਵਾਲ ਮੈਨੂੰ ਕੀਤਾ ਹੈ, ਸਾਰੇ ਜਗਤ ਨੂੰ ਕੀਤਾ ਹੈ। ਇੱਕ ਗੱਲ ਦੱਸ ਮੈਨੂੰ, ਕਹਿਤ ਕਬੀਰ ਜੀਤ ਕੇ ਹਾਰ ਬਹੁ ਬਿਦ ਕਹਿਓ ਪੁਕਾਰ ਪੁਕਾਰ। ਜੀਵਨ ਦੀ ਜਿਹੜੀ ਬਾਜੀ ਹੈ, ਜਿੱਤ ਕੇ ਜਾ ਰਿਹਾ ਹੈ ਜਾਂ ਹਾਰ ਕੇ ਜਾ ਰਿਹਾ ਹੈ। ਸਾਹਿਬ ਕਹਿੰਦੇ ਨੇ, ਹੈ ਪੁਰਖਾ ਕਰਤ ਵਿਕਾਰ ਦੋਂ ਕਰ ਝਾਰਤ, ਵਿਕਾਰ ਕਰਕੇ ਗੁਨਾਹ ਕਰਕੇ ਕੱਪੜੇ ਝਾੜਨ ਦੇ ਨਾਲ ਹੀ ਗੱਲ ਨਹੀਂ ਬਣੇਗੀ। ਔਰ ਇਸ ਵਕਤ ਤੈਨੂੰ ਕੋਈ ਸਹਾਰਾ ਨਹੀਂ ਦੇਗਾ, ਮਿੱਤਰ ਨਾ ਪੁੱਤਰ ਕਲਤ੍ਰ ਸਾਜਨ ਸ਼ਕ ਉਲਟਤ ਜਾਤ ਬਿਰਖ ਕੀ ਛਾਂਰੋ। ਰੁੱਖ ਦੀ ਛਾਂ ਫਿਰਦੀ ਰਹਿੰਦੀ ਹੈ। ਕਹਿੰਦੇ ਨੇ ਉਸੇ ਤਰ੍ਹਾਂ ਪਰਿਵਾਰ ਦਾ ਸੁੱਖ, ਸੰਸਾਰ ਦੇ ਸੁੱਖ, ਇਹ ਵੀ ਠੀਕ ਰੁੱਖ ਦੀ ਛਾਂ ਵਾਂਗੂ ਨੇ। ਛਾਂ ਕਿਸੇ ਵਕਤ ਛਾਂ ਬਹੁਤ ਸੰਘਣੀ ਹੈ, ਕਿਸੇ ਵਕਤ ਛਾਂ ਬਿਲਕੁਲ ਹੀ ਖਤਮ ਹੋ ਜਾਂਦੀ ਹੈ। ਇਹ ਹਕੀਕਤ ਹੈ। ਔਰ ਜੋ ਤਸਵੀਰ ਆਪ ਜੀ ਦੇਖਦੇ ਹੋ ਕਿ ਗੁਰੂ ਨਾਨਕ ਸਾਹਿਬ ਜਿਸ ਰੁੱਖ ਦੇ ਥੱਲੇ ਸੁੱਤੇ ਪਏ ਨੇ, ਉਸ ਰੁੱਖ ਦੀ ਛਾਂ ਨੇ ਬਦਲੀ। ਅਕਸਰ ਆਪ ਜੀ ਨੇ ਇਹ ਗਾਥਾ ਸੁਣੀ ਹੋਏਗੀ। ਹੁਣ ਮੈਂ ਆਪ ਜੀ ਨੂੰ ਅਰਜ਼ ਕਰਾਂ, ਜੇ ਕੁਦਰਤ ਦਾ ਨਿਯਮ ਵੇਖੀਏ ਤਾਂ ਇਸ ਤਰ੍ਹਾਂ ਹੋ ਹੀ ਨਹੀਂ ਸਕਦਾ। ਮੇਰੀ ਅਰਜ਼ ਨੂੰ ਗਹਿਰਾਈ ਨਾਲ ਸਮਝਣਾ। ਬਾਕੀ ਦੇ ਰੁੱਖਾਂ ਦੀ ਛਾਂ ਬਦਲ ਗਈ, ਜਿੱਥੇ ਗੁਰੂ ਨਾਨਕ ਸਾਹਿਬ ਸੁੱਤੇ ਪਏ ਨੇ ਉਸ ਰੁੱਖ ਦੀ ਛਾਂ ਨੇ ਬਦਲੀ ਹੈ। ਕਾਰਨ ਕੀ ਹੈ? ਇਹ ਗਾਥਾ ਕੀ ਕਹਿ ਰਹੀ ਹੈ? ਇਹ ਗਾਥਾ ਕਹਿ ਰਹੀ ਹੈ ਕਿ ਦੁਨੀਆਂ ਦੇ ਤਮਾਮ ਸੁੱਖ, ਤਮਾਮ ਖੁਸ਼ੀਆਂ ਰੁੱਖ ਦੀ ਛਾਂ ਵਾਂਗੂ ਹਨ। ਇਹਨਾਂ ਨੇ ਫਿਰਦੇ ਹੀ ਰਹਿਣਾ। ਅੱਜ ਸੁੱਖ ਮੇਰੇ ਕੋਲ ਨੇ, ਗੁਲਾਬ ਜੀ ਦੇ ਕੋਲ ਨੇ, ਪਰਸੋਂ ਤੀਜੇ ਚੌਥੇ ਕੋਲ ਨੇ, ਫਿਰ ਪੰਜਵੇਂ ਛੇਵੇਂ ਕੋਲ ਨੇ, ਫਿਰਦੇ ਹੀ ਰਹਿੰਦੇ ਨੇ, ਫਿਰਦੇ ਰਹਿੰਦੇ। ਪਰ ਜਿਸ ਰੁੱਖ ਦੇ ਥੱਲੇ ਗੁਰੂ ਨਾਨਕ ਸਾਹਿਬ ਸੁੱਤੇ ਪਏ ਨੇ, ਬੈਠੇ ਨੇ, ਆਰਾਮ ਕਰਦੇ ਪਏ ਨੇ, ਉਹ ਰੁੱਖ ਦੀ ਛਾਂ ਨਹੀਂ ਬਦਲੀ। ਭਾਉ ਜਿਹੜੇ ਨਾਮ ਜਪਦੇ ਹਨ ਉਹਨਾਂ ਦੇ ਜੀਵਨ ਵਿੱਚ ਸੁੱਖ ਥਿਰ ਰਹਿੰਦੇ ਨੇ, ਥਿਰ ਰਹਿੰਦੇ। ਉਹਨਾਂ ਦਾ ਸਾਰਾ ਹੀ ਜੀਵਨ ਆਨੰਦਮਈ ਤਰੀਕੇ ਨਾਲ ਗੁਜ਼ਰ ਜਾਂਦਾ ਹੈ। ਤੋ ਸਾਹਿਬ ਕਹਿੰਦੇ ਨੇ, ਦੀਨ ਦਇਆਲ ਪੁਰਖ ਪ੍ਰਭ ਪੂਰਨ, ਛਿੰਨ ਛਿੰਨ ਸਿਮਰੋ ਅਗਮ ਅਪਾਰੋ, ਸ਼੍ਰੀਪਤ ਨਾਥ ਸ਼ਰਨ ਨਾਨਕ ਜਨ, ਹੇ ਭਗਵੰਤ ਕਿਰਪਾ ਕਰ ਤਾਰੋ। ਇਹ ਅਰਦਾਸ ਕਰਿਆ ਕਰੋ, ਇਹ ਬੇਨਤੀ ਕਰਿਆ ਕਰੋ, ਹੇ ਪ੍ਰਭੂ ਮੇਰੇ 'ਤੇ ਰਹਿਮਤ ਕਰ, ਤੂੰ ਕਿਰਪਾ ਦਾ ਪਾਤਰ ਹੈ, ਤੂੰ ਦਇਆ ਦਾ ਪਾਤਰ ਹੈ, ਤੂੰ ਰਹਿਮਤ ਦੇ ਨਾਲ ਭਰਿਆ ਹੋਇਆ ਹੈ, ਮੇਰੇ 'ਤੇ ਰਹਿਮਤ ਕਰ, ਤਾਂ ਕਰਕੇ ਰੂਹੇ ਜ਼ਮੀਂ 'ਤੇ ਆਉਣਾ ਮੇਰਾ ਸਫਲਾ ਹੋ ਜਾਵੇ। ਗੁਰੂ ਸਾਹਿਬ ਰਹਿਮਤਾਂ ਕਰਨ। ਬਾਕੀ ਵਿਚਾਰਾਂ ਕੱਲ੍ਹ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।